ਹਾਂਜੀ ਦੋਸਤੋ, ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਤੇ ਆਪਾਂ ਕਿਹੜੇ ਤਲਵੰਡੀ ਸਾਬੋ ਟਰੈਕਟਰ ਦੀ ਮੰਡੀ ਤੇ ਬਾਈ ਸਤਨਾਮ ਆਪਣੇ ਨਾਲ ਸਾਰੀ ਗੱਲਬਾਤ ਕਰਾਂਗੇ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਕੇ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਦੇ ਕਰੋ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ। ਠੀਕ ਹੋ ਬਾਈ ਜੀ? ਦਾਣੇ ਤੇ ਦਾਣੇ ਤੇ ਠੀਕ ਹੈ ਜੀ। ਤੇ ਕਿੰਨੇ ਟਰੈਕਟਰ ਬਾਈ ਜੀ ਅੱਜ? ਟਰੈਕਟਰ ਹੈਗੇ 6-7। ਠੀਕ ਹੈ ਜੀ। ਲੋਨ ਵਗੈਰਾ ਜੀ? ਹੈ ਲੋਨ ਹੋ ਜੂ? ਹੋ ਜੂ ਬਾਈ। ਹਾਂ ਉੱਚੇ ਮਾਡਲ ਹੀ ਹੈ ਸਾਰੇ। ਠੀਕ ਹੈ ਜੀ, ਉੱਚੇ ਮਾਡਲ ਆ ਗਏ। ਹਾਂ ਚਲੋ ਬਾਈ ਜੀ, ਆਪਾਂ ਵੀਡੀਓ ਸਟਾਰਟ ਕਰਾਂਗੇ ਫਾਰਮ ਟਰੈਕ 60 ਦੇ ਤੋਂ। ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ। ਤੇ ਮਾਡਲ ਬਾਈ ਜੀ 2008 ਤੇ ਵੀ 2008 ਮਾਡਲ ਆ। ਸੈਂਟਰ ਗੇਅਰ ਹੈਗਾ ਤੇ 14 ਦੇ ਟਾਇਰਾਂ 'ਚ ਬਾਈ। ਟਾਇਰਾਂ ਦੀ ਕੰਡੀਸ਼ਨ ਬਾਈ ਜੀ? ਟਾਇਰ ਤਾਂ 35-40 ਪੈਸੇ ਆ। ਠੀਕ ਹੈ ਜੀ। ਤੇ ਫਰੰਟ ਹੈਗਾ ਬਾਈ ਜੀ 70-75 ਪੈਸੇ ਤੇ 50 ਜਾਂ ਹਰਿਆਣਾ ਬਾਈ ਜੀ? ਇਹਦਾ ਨੰਬਰ ਹਰਿਆਣੇ ਦਾ, ਹਰਿਆਣਾ ਨੰਬਰ ਹੈਗਾ। 8 ਮਾਡਲ ਹੈਗਾ ਤੇ ਡਿਮਾਂਡ ਬਾਈ ਜੀ 2,65,000। ਇਹ ਵੀ 2,65,000 ਰੁਪਇਆ ਡਿਮਾਂਡ ਹੈਗੀ। ਛੋਟੇ ਜ਼ਿਮੀਂਦਾਰ ਲਈ ਕਹਿੰਦੇ ਪੂਰਾ ਬੈਸਟ ਟਰੈਕਟਰ ਹੈਗਾ ਤੇ ਤਬੀਅਤ ਤੁਬੀਅਤ ਦੇ ਮੁਕਾਬਲੇ ਵੀ ਪੂਰਾ ਝੋਟਾ ਕਰੀਏ ਆਪਾਂ। ਤੇ ਅੱਗੇ ਕਹੇ ਵੀ ਸਵਰਾਜ 855 5-star ਟੌਪ ਮਾਡਲ ਟਰੈਕਟਰ ਹੈਗਾ ਤੇ 16 ਦੇ ਟਾਇਰਾਂ 'ਚ ਹੈਗਾ ਵੀ। ਟਾਇਰ ਦੀ ਕੰਡੀਸ਼ਨ ਬਾਈ ਜੀ ਗੱਲ ਕਰੀ? ਟਾਇਰ ਹੈਗੇ 80-90 ਪੈਸੇ। ਠੀਕ ਹੈ ਜੀ, 80-90 ਪੈਸੇ ਟਾਇਰ ਪੈਣਗੇ। ਤੇ ਮਾਡਲ ਬਾਈ ਜੀ 20 ਮਾਡਲ ਹੈਗੇ। ਕਿੰਨੇ ਘੰਟੇ ਚੱਲੇ ਤਕਰੀਬਨ ਬਾਈ ਜੀ? ਚੱਲਿਆ ਹੋਊ 1,200। ਠੀਕ ਹੈ ਜੀ, 1,200 ਘੰਟਾ ਚੱਲਿਆ। ਦੇਗੀ ਚੁੱਲ੍ਹੇ ਵਾਲਾ ਗਿਆ ਤੇ ਨੰਬਰ 50 ਬਾਈ ਜੀ? 50 ਜਿਵੇਂ ਪੰਜਾਬ ਦਾ ਨੰਬਰ ਹੈਗਾ। ਤੇ ਡਿਮਾਂਡ ਬਾਈ ਜੀ 6,85,000। ਟਰੈਕਟਰ ਕੱਟੇ ਹੋ ਬਾਈ ਨਾਲ? ਹਾਂ। ਠੀਕ ਹੈ ਜੀ, ਟਰੈਕਟਰ ਵੀ ਕੱਟਿਆ ਜਾਊਗਾ ਬਾਈ ਜੀ। ਲੋਨ ਵਗੈਰਾ ਦੀ ਸੁਵਿਧਾ ਵੀ ਹੈਗੀ ਆ? ਪਹਿਲਾਂ ਲੋਨ ਕਲੀਅਰ ਹੋਣਗੇ ਬਾਈ ਜੀ ਹਣੇ? ਹਾਂ ਪਹਿਲਾਂ ਕਲੀਅਰ। ਠੀਕ ਹੈ ਜੀ। ਤੇ ਅੱਗੇ ਆ ਗਿਆ ਬਾਈ ਜੀ ਨਿਊ ਹੋਲੈਂਡ 3330 TXT ਮਾਡਲ ਵਾਲਾ ਪਲੱਸ ਵਾਲਾ ਬਾਈ ਜੀ। ਤੇ ਮਾਡਲ ਬਾਈ ਜੀ 2009। ਤੇ ਬੈਕ ਟਾਇਰ ਦੇਖ ਸਕਦੇ ਬਾਈ ਜੀ, ਜਮਾਂ MRF ਦੇ ਨਵੇਂ ਟਾਇਰ ਨੇ ਤੇ 16 ਦੇ ਟਾਇਰਾਂ 'ਚ ਨਾ ਬਾਈ ਜੀ? ਹਾਂ 16 ਦੇ ਟਾਇਰਾਂ 'ਚ ਹੈਗਾ। 50 ਨੰਬਰ ਬਾਈ ਜੀ ਨਵਾਂ ਟਰੈਕਟਰ, ਹਰਿਆਣਾ ਨੰਬਰ ਹੈ, NOC ਮਿਲ ਜੂ, 3100 ਘੰਟਾ ਚੱਲੇ ਰਹੇ ਨਾਲ। ਤੇ ਮਾਡਲ 9 ਹੈ। ਹਾਂ ਪੂਰਾ ਮਾਡਲ ਹੈ ਬਾਈ ਜੀ, 3100 ਘੰਟਾ ਚੱਲੇ ਆ। 20 ਲੈਣਾ ਹੁੰਦਾ ਹੈਗਾ ਉਹ ਹੈ। ਠੀਕ ਹੈ ਜੀ। ਟਾਇਰ ਬਾਈ ਜੀ ਚੇਂਜ ਕਰਾਉਣੇ ਪੈ ਗਏ ਕਿਉਂਕਿ ਜਿਹੜਾ ਖੜੇ ਕਰਕੇ ਨਾ ਥੋੜੇ ਖਸਕ ਹੋ ਜਾਂਦੇ ਆ। ਹਾਂ ਹਾਂ ਖਰਾਬ ਹੋ ਜਾਂਦੇ ਨੇ, ਉਹਦੇ ਕਰਕੇ ਟਾਇਰ ਚੇਂਜ ਕਰਾਤੇ, ਨਵੇਂ ਟਾਇਰ ਨੇ ਬਾਈ ਜੀ। ਤੇ ਕੰਪਨੀ ਰਿਕਾਰਡ ਚੱਲੇ ਆ। ਤੇ ਡਿਮਾਂਡ ਬਾਈ ਜੀ ਦੀ ਸਾਰਾ ਰਹੀ ਨਾਲ ਹੈ। 5,10,000 ਰੁਪਏ ਰੇਟ ਹੈ। 5,10,000 ਰੁਪਇਆ। ਤੇ ਮਾਨਤਾਨ ਹੋ ਜੂ ਬਾਈ? ਹਾਂ ਮਾਨਤਾਨ ਹੋ ਜੂ। ਠੀਕ ਹੈ ਜੀ, ਵਧੀਆ ਮਾਨਤਾਨ ਹੋ ਜੂ ਬਾਈ ਜੀ। ਇੱਕ ਵਾਰੀ ਮੌਕਾ ਵਧੀਆ ਮੋੜ ਦੇ ਨਹੀਂ ਆਏ ਬੰਦੇ ਨੂੰ ਕਿਸੇ। ਠੀਕ ਹੈ ਜੀ। ਤੇ ਅੱਗੇ ਹੈਗਾ 50-50E ਤੇ ਬਹੁਤੇ ਵੀਰਾਂ ਦੀ ਡਿਮਾਂਡ ਆ ਰਹੀ ਸੀ ਵੀ 50-50D ਤਾਂ ਆਪਾਂ ਵੀ ਵਾਰ ਦਿਖਾਤਾ ਜੀ, ਐਤਕੀ ਲੈ ਗਿਆ ਤੁਹਾਡੇ ਵਾਸਤੇ 50-50E। ਤੇ ਮਾਡਲ ਬਾਈ ਜੀ 2013 13 ਮਾਡਲ ਆ। ਰੰਗ ਪੇਂਟ ਬਾਈ ਜੀ? ਰੰਗ ਪੇਂਟ ਰਹੀ ਨਾਲ ਮੰਗੂ ਹੀ ਆ, ਨਹੀਂ ਹੋਇਆ। ਠੀਕ ਹੈ ਜੀ, ਓਰੀਜਨਲ ਹੀ ਹੈਗਾ ਬਾਈ ਕਹਿੰਦਾ। ਤੇ ਕੰਡੀਸ਼ਨ ਚੈੱਕ ਕਰ ਸਕੋ ਵੀ ਨਵੇਂ ਟਾਇਰ ਨੇ ਜਮਾਂ ਬਾਕੀ। ਤੇ 3 ਸਪੀਡ ਆ ਨਾ ਬਾਈ ਜੀ? 3 ਸਪੀਡ। ਹਾਂ ਠੀਕ ਹੈ ਜੀ, 3 ਸਪੀਡ ਹੈਗਾ। ਤੇ ਫਰੰਟ ਟਾਇਰ ਬਾਈ ਜੀ? ਬਹੁਤ ਨਵੇਂ ਵਰਗੇ ਹੀ ਚਾਰੇ। ਠੀਕ ਹੈ, ਨਵੇਂ ਵਰਗੇ ਟਾਇਰ ਪੈਣਗੇ। ਤੇ 13 ਮਾਡਲ ਆ ਤੇ ਡਿਮਾਂਡ ਬਾਈ ਜੀ ਦੀ 4,95,000 ਰੁਪਇਆ। 4,95,000 ਰੁਪਇਆ। ਤੇ ਬਾਕੀ ਮੌਕੇ ਤੇ ਮਾਨਤਾਨ ਹੋ ਜਾਵੇ। ਫੁੱਲ ਨਵਾਂ ਹੈਗਾ। ਫੁੱਲ ਨਵਾਂ ਹੈਗਾ ਤੇ 50,000 ਰੰਗ ਪਤੰਗ ਜੇ ਹੋਏ ਟਰੈਕਟਰ ਨਹੀਂ ਹੁੰਦੇ ਆਪਣੇ ਕੋਲੇ ਹੁੰਦੇ। ਠੀਕ ਹੈ, ਜੇ ਹੋਇਆ ਤਾਂ ਦੱਸ ਕੇ ਦੇਵਾਂਗੇ ਨਾ ਬਾਈ ਜੀ। ਤੇ ਅੱਗੇ ਕਹੇ ਬਾਈ ਸਵਰਾਜ 744 FE ਸਾਦੀ ਕਟਾਈ ਵਾਲਾ ਗਿਆ ਬਾਈ ਜੀ, ਬਾਹਰ ਪੰਪ ਵਾਲਾ ਗਿਆ। ਤੇ ਮਾਡਲ ਬਾਈ ਜੀ 2009 ਲੈ ਬਈ। ਇਹ ਵੀ 2009 ਮਾਡਲ ਹੈਗਾ, ਪੂਰਾ ਫੁੱਲ ਸੋਹਣਾ ਟਰੈਕਟਰ ਕਹਿ ਰਿਹਾ ਫੁੱਲ। ਹਾਂ ਜਿੰਨਾ ਵੀ ਕਹਦੇ ਸਾਫ ਆ। ਜੇ ਆਪਾਂ ਗੱਲ ਕਰੀਏ ਬਾਈ ਜੀ ਮੰਨੇ ਜੇ ਲੋ ਕੰਡੀਸ਼ਨ ਦੀ ਤਾਂ 15-16 ਮਾਡਲ ਵਾਲੀ ਕੰਡੀਸ਼ਨ ਪਈ ਹੈ ਜੀ। ਹਾਂ। ਤੇ ਟਾਇਰ ਬਾਈ ਜੀ ਇਹਦੇ? ਟਾਇਰ ਹੈਗੇ 80-85 ਪੈਸੇ। ਠੀਕ ਹੈ ਜੀ, 80-85 ਪੈਸੇ ਟਾਇਰ ਨੇ ਬਾਈ ਜੀ, 14 ਦੇ ਟਾਇਰਾਂ 'ਚ ਨਾ ਬਾਈ ਜੀ। ਹਾਂ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ। ਤੇ ਇੰਜਨ ਗੇਅਰ ਦਾ ਓਕੇ ਬਾਈ? ਹਾਂ ਇੰਜਨ ਗੇਅਰ ਦਾ ਬਾਈ ਕਹਿੰਦਾ ਓਕੇ ਆ। ਤੇ ਇਹਦੀ ਡਿਮਾਂਡ ਬਾਈ ਜੀ? ਇਹਦੀ ਹੈਗੀ 3.5 ਲੱਖ ਰੁਪਇਆ। 3.5 ਲੱਖ ਰੁਪਇਆ ਡਿਮਾਂਡ ਆ। ਮਾਨਤਾਨ ਹੋ ਜੂਗਾ ਬਈ ਮੌਕੇ ਤੇ। ਕੰਡੀਸ਼ਨ ਚੈੱਕ ਕਰ ਲਓ ਬਾਈ ਜੀ। ਤੇ ਸੋਰੀ 13 ਦੇ ਟਾਇਰਾਂ 'ਚ ਬਾਈ ਜੀ? ਹਾਂ ਟਾਇਰ 13 ਦੇ 'ਚ ਹੈ। 13 ਦੇ ਟਾਇਰਾਂ 'ਚ ਹੈਗਾ ਬਾਈ ਵੀ, ਘੁੰਮ ਕੇ ਦੇਖਿਆ ਨਹੀਂ ਮੈਂ, ਤਾਈਓ ਦੇਖਾਂਗੇ ਜੀ। 13 ਦੇ ਟਾਇਰਾਂ 'ਚ ਬਾਈ ਜੀ। ਅੱਗੇ ਹੈਗਾ ਬਈ ਸੋਨਾਲੀਕਾ DI 50 ਦਾ, ਚੇਂਜਰ ਵਾਲਾ ਤਾਂ ਨਹੀਂ ਹੈਗਾ ਬਾਈ ਜੀ? ਨਾ ਬਿਨਾਂ ਚੇਂਜਰ ਵਾਲਾ ਹੈਗਾ, ਟੌਪ ਮਾਡਲ ਆ ਪਰ
ਬਿਨਾ ਚੇਂਜਰ ਵਾਲਾ ਟਰੈਕਟਰ ਹੈਗਾ। 3 ਸਪੀਡ ਚ ਹੈ ਬਈ? ਨਾ 2 ਸਪੀਡ ਹੈਗਾ। ਤੇ ਟਾਇਰ ਨਾਲ ਦੀ ਬਈ? ਨਾਲ ਦੇ ਚੱਲੇ ਹੀ ਥੋੜਾ 1000 ਘੰਟਾ ਚੱਲੇ। ਠੀਕ ਹੈ ਜੀ, 1000 ਘੰਟਾ ਕੰਪਨੀ ਰਿਕਾਰਡ ਚੱਲਿਆ ਹੋਇਆ ਬਈ। ਜਿਹੜੇ ਸਰਵਿਸ ਵੀ ਕੰਪਨੀ ਚ ਹੋਈ ਹੈਗੀ। ਪੈਰਦਾਨ ਦਿਖਾ ਦੇ ਜਸਪ੍ਰੀਤ ਦਾ, ਦੇਖੋ ਪੈਰਦਾਨ ਚੈੱਕ ਕਰ ਲਓ ਬਈ, ਪੂਰੇ ਸਾਫ ਪਏ ਨੇ ਜੀ। ਓਕੇ ਰਿਪੋਰਟ ਚ ਤੇ 52 ਹਾਊਸ ਪਾਵਰ ਚ ਹੈਗਾ। ਤੇ ਇਹਦੀ ਡਿਮਾਂਡ ਬਈ ਜੀ? ਇਹ 20 ਮਾਡਲ ਹੈ, 5,40,000 ਰੁਪਇਆ। ਠੀਕ ਹੈ, 5,40,000 ਰੁਪਇਆ। ਤੇ ਅੱਗੇ ਕਹੇ ਬਈ ਜੀ, ਫਾਰਮ ਟਰੈਕ 60 ਦਾ ਸੁਪਰ ਮੈਕਸ ਵਾਲਾ ਕਲਾਸਿਕਲ ਵਾਲਾ। ਤੇ ਸੈਂਟਰ ਗੇਅਰ ਹੈਗਾ, ਕਨੋਪੀ 7 ਲੱਗੀ ਹੋਈ ਆ, ਰੇਡੀਅਲ ਟਾਇਰ ਹੈ। ਰੇਡੀਅਲ ਟਾਇਰ ਆ ਗਏ ਵਧੀਆ ਵਾਲੇ? ਹਾਂ ਠੀਕ ਹੈ ਜੀ, ਵਧੀਆ ਵਾਲੇ ਮਹਿੰਗੇ ਰੇਡੀਅਲ ਟਾਇਰ ਪਾਏ ਹੋਣਗੇ। ਤੇ ਟਾਇਰ ਕਿੰਨੇ ਕੁ ਪੈਸੇ ਪਏ ਬਾਈ? ਟਾਇਰ ਹੈਗੇ 75 ਪੈਸੇ, ਮਗਰਲੇ ਮੂਹਰਲੇ ਨਵੇਂ ਆ, ਦੂਜੇ ਮੂਹਰਲੇ ਬਿਨਾਂ ਰੇਡੀਅਲ ਵਾਲੇ। ਬਿਨਾਂ ਰੇਡੀਅਲ ਤੋਂ ਬਾਈ ਜੀ ਮੂਹਰਲੇ ਹੈਗੇ ਨੇ ਨਵੇਂ। ਤੇ ਮਾਡਲ ਕਿੰਨਾ ਬਾਈ ਜੀ? 16। 16 ਮਾਡਲ ਹੈਗਾ, ਰੰਗ ਪੇਂਟ ਓਰੀਜਨਲ ਆ ਬਾਈ ਜੀ। ਬਾਕੀ ਸ਼ੋਅ ਪੱਖੋਂ ਦੱਸ ਵੀ ਰਿਹਾਗਾ, ਪੀਵੀ ਪੈਂਟ ਮੋਹਾਲੀ ਦਾ ਨੰਬਰ ਆ ਬਾਈ ਜੀ, ਅਨੂਪੀ ਛਾਤਰੀ ਲੱਗੀ ਹੋਈ ਆ, ਸਾਨੂੰ ਦੱਸਤਾ ਬਾਈ ਜੀ। ਵੱਡੇ ਹਿੱਸੇ ਵਾਲਾ ਸੈਂਟਰ ਗੇਅਰ ਹੈਗਾ। ਤੇ ਡਿਮਾਂਡ ਬਾਈ ਜੀ ਇਹਦੀ? 4,95। 4,95,000 ਰੁਪਇਆ? ਹਾਂ ਹਾਂ ਹੋ ਜੂਗਾ। ਕਿੱਥੇ ਤੱਕ ਹੋ ਜੂਗਾ? ਦੇ ਦਾਂਗੇ ਤੁਸੀਂ ਜਿਵੇਂ ਕਹੋਗੇ ਯਾਰ, ਗਾਹਕ ਲਿਆਓ। ਠੀਕ ਹੈ, ਮੈਂ ਵੀ ਮੇਰਾ ਨਾਮ ਲੈ ਕੇ ਉਹਦੇ ਨਾਲ ਦਾ 21 ਮਾਡਲ ਇੱਕ ਹੋਰ ਖੜਾ ਕਰੇ, ਜੇ ਕਿਸੇ ਨੂੰ ਲੋੜ ਹੋਵੇ। 50 ਵਾਲਾ? 50 ਵਾਲਾ? ਹਾਂ ਠੀਕ ਹੈ ਜੀ। ਇਹ ਸੁਪਰ ਐਗਰੀ ਮੈਕਸ ਖੜਾ, ਇਹਦੇ ਨਾਲ ਦਾ 10 ਮਾਡਲ। ਠੀਕ ਹੈ ਜੀ। ਹਾਂ ਤੇ 44 ਹੈਗਾ ਆਪਣੇ ਕੋਲ, ਇੱਕ 17 ਮਾਡਲ। 44 ਐਫੀ ਚ ਹੈਗਾ, ਐਕਸਟੀ ਚ? ਐਫੀ, ਐਫੀ ਚ। ਹਾਂ 17 ਮਾਡਲ ਚ। 17 ਮਾਡਲ ਤੇ 855 ਹੈਗਾ, ਇੱਕ 18 ਮਾਡਲ ਚ। ਠੀਕ ਹੈ ਜੀ। ਹਾਂ ਕਿਹੜਾ ਵੀ ਟਰੈਕਟਰ ਲੈਣਾ ਹੋਇਆ ਬਾਈ ਨਾਲ ਸੰਪਰਕ ਕਰ ਲਿਓ। ਹਰ ਪ੍ਰਕਾਰ ਦਾ ਬਾਈ ਕੋਲ ਟਰੈਕਟਰ ਹੁੰਦਾ ਹੈਗਾ, ਜਾਂ ਸੋਨਾਲੀਕਾ ਸਵਰਾਜ 855, ਜਾਂ ਡੀਆਰ ਕੰਟੈਕਟ ਕਰ ਲਿਓ। ਜੁਗੀ ਬਾਈ ਕਾਗਜ਼ਾਂ ਪੱਤਰਾਂ ਦੇ ਇੱਕ ਨੰਬਰ ਦੇ ਮਿਲਦੇ ਨੇ ਆਪਣੇ ਕੋਲੇ, ਝੂਠ ਪਤਾਣ ਜੇ ਆਪਾਂ ਬੋਲਦੇ ਨੇ। ਠੀਕ ਹੈ ਜੀ। ਹਾਂ ਬੰਦਾ ਵੀ ਬਾਈ ਘੈਂਟ ਹੈਗਾ, ਜਿਵੇਂ ਆਪਾਂ ਕਰੀਏ ਪਿਆਰ ਵੀ ਬਥੇਰਾ ਹੈਗਾ ਬਾਈ ਨਾਲ। ਠੀਕ ਹੈ ਬਾਈ, ਸਤਿ ਬਹੁਤ ਧੰਨਵਾਦ ਬਾਈ ਜੀ। ਚਲੋ ਵੀ ਵੀਡੀਓ ਸ਼ੇਅਰ ਜ਼ਰੂਰ ਕਰ ਲਿਓ, ਮਿਲਦੇ ਕਿਸੇ ਨਵੀਂ ਵੀਡੀਓ। ਤਦ ਤੱਕ ਲਈ ਬਾਈ ਜੀ ਧੰਨਵਾਦ, ਸਤਿ ਸ਼੍ਰੀ ਅਕਾਲ।